ਮੇਰਾ ਬੰਦਾ ਮੈਨੂੰ ਫੋਨ ਕਰਿਆ ਕਰੇ, ਕਿਤੇ ਬਾਹਰ ਨੌਕਰੀ ਕਰਦਾ ਸੀ, ਭਗਵਾਨ ਨੇ ਕਿੱਥੇ ਹੈ? ਮੈਂ ਕਿਹਾ ਜੀ ਮੈਂ ਤਾਂ ਪਸ਼ੂ ਨੂੰ ਪੱਠੇ ਪਾਈ ਜਾਂਦੀ ਹਾਂ। ਕਹਿੰਦਾ ਤੇਰਾ ਮਤਲਬ ਘਰੇ ਹੈ? ਮੈਂ ਕਿਹਾ ਆਹੋ ਘਰੇ ਹੈ। ਕਹਿੰਦਾ ਫੋਨ 'ਚ ਮਿਕਸੀ ਚਲਾ ਕੇ ਦਿਖਾ ਫੋਨ 'ਚ। ਮੈਂ ਘਰ 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 ਕੀਤਾ, ਵਿਸ਼ਵਾਸ ਦਵਾਇਆ ਵੀ ਮੈਂ ਘਰੇ ਹੈ। ਦੂਜੇ ਦਿਨ ਫਿਰ ਫੋਨ ਆ ਗਿਆ, ਭਗਵਾਨ ਨੇ ਕਿੱਥੇ ਹੈ? ਮੈਂ ਕਿਹਾ ਤੜਕੇ 8 ਵਜੇ ਹੈ, ਬੱਚਾ ਦਾ ਖਾਣਾ ਬਣਾਈ ਜਾਂਦੀ ਹੈ, ਸਕੂਲ ਜਾਣਾ, ਜੇ ਤੂੰ ਘਰੇ ਹੈ ਫੋਨ 'ਚ ਮਿਕਸੀ ਚਲਾ ਕੇ ਦਿਖਾ। ਮੈਂ ਘਰ ਘਰ ਦੇਣੇ ਕੀਤਾ, ਵਿਸ਼ਵਾਸ ਦਵਾਇਆ ਵੀ ਡੁੱਬ ਜਾਣਾ ਮੈਂ ਘਰੇ ਹੈ। ਚੌਥੇ ਪੰਜਵੇਂ ਦਿਨ ਫੋਨ ਆ ਗਿਆ, ਕਿੱਥੇ ਹੈ? ਮੈਂ ਕਿਹਾ ਕੱਪੜੇ ਧੋਈ ਜਾਂਦੀ, ਅੱਜ ਦਿਨ ਐਤਵਾਰ ਹੈ, ਨਾਲੇ ਜਵਾਕਾਂ ਦੀਆਂ ਵਰਦੀਆਂ ਧੋਨੀ ਹੈ। ਤੇਰਾ ਮਤਲਬ ਘਰੇ ਹੈ? ਮੈਂ ਕਿਹਾ ਘਰੇ ਹੈ। ਚੰਗਾ ਕਹਿੰਦੇ ਕੱਪੜੇ ਛੱਡ, ਫੋਨ 'ਚ ਮਿਕਸੀ ਚਲਾ ਕੇ ਦਿਖਾ। ਮੈਂ ਘਰ ਘਰ ਕੀਤਾ, ਵਿਸ਼ਵਾਸ ਦਵਾਇਆ। ਫਿਰ ਕੀ ਸੀ, ਮੈਂ ਅੱਕ ਗਈ ਅਜੇ ਬੰਦੇ ਤੋਂ, ਮੈਂ ਕਿਹਾ ਇਹਦੇ ਨਾਲ ਤਾਂ ਮੈਂ ਰੰਡੀ ਚੰਗੀ ਸਾਂ। ਅਤੇ ਇੱਕ ਦਿਨ 1.5 ਮਹੀਨੇ ਬਾਅਦ ਘਰੇ ਆ ਗਿਆ ਅਤੇ ਬੱਚਿਆਂ ਨੂੰ ਪੁੱਛਦਾ ਵੀ ਤੁਹਾਡੀ ਮਾਂ ਕਿੱਥੇ ਹੈ? ਅਤੇ ਬੱਚੇ ਕਹਿੰਦੇ ਤੜਕੇ ਮੰਮੀ ਜਾਂਦੀ ਹੈ, ਝੋਲੇ 'ਚ ਮਿਕਸੀ ਨਾਲ ਪਾ ਕੇ ਲੈ ਜਾਂਦੀ ਹੈ। ਇਹੋ ਜਿਹੇ ਬੰਦੇ ਤੋਂ ਫਿਰ ਇਹੋ ਜਿਹਾ ਕੰਮ ਹੋ ਜਾਂਦਾ ਜੀ। ਆ ਜਾਓ ਜੀ, ਸਿਮਰਨਵੀਰ ਜੀ ਪੰਜਾਬ ਪੁਲਿਸ, ਹਰਪਾਲ ਸਿੰਘ ਜੀ ਪੰਜਾਬ।